ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ। ਅਸੀਂ ਇੱਕ ਨਹੀਂ ਲੱਖਾਂ ਅਮਰੀਕਾ ਦੇ ਵਿਜੇ ਛੱਡ ਸਕਦੇ ਹਾਂ। ਮੈਨੂੰ ਮੇਰੇ ਸਵਾਲ ਦਾ ਜਵਾਬ ਚਾਹੀਦਾ ਵੀ ਅਮਰੀਕਨ ਅੰਬੈਸੀ ਦੇ ਵਿੱਚ ਨਸਲੀ ਭੇਦ ਭਾਵ ਤੇ ਵਿਤਕਰਾ ਕਿਉਂ? ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਤੁਸੀਂ ਇਹੋ ਜਿਹੀਆਂ ਆਪਣੀ ਰਾਜਨੀਤਿਕ ਰੋਟੀਆਂ ਸੇਕਣ ਦੇ ਲਈ ਤੁਸੀਂ ਸਿੱਖ ਕੌਮ ਨੂੰ ਤੇ ਖਾਸ ਕਰਕੇ ਉਹ ਜਿਹੜੇ ਵਿਦੇਸ਼ਾਂ 'ਚ ਬੈਠੇ ਸਿੱਖ ਨੇ ਉਹਨਾਂ ਨੂੰ ਤੁਸੀਂ ਇੱਕ ਸ਼ੱਕ ਦੇ ਦਾਇਰੇ ਵਿੱਚ ਲਿਆਏ ਹੋ। ਤੁਸੀਂ ਉਹਨਾਂ 'ਤੇ ਕਿੱਡੀ ਵੱਡੀ ਉਂਗਲ ਚੱਕੀ ਹੈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਗੁਰ ਪਿਆਰਿਓ, ਸਿਮਰਜੀਤ ਸਿੰਘ ਬੈਂਸ ਆਪਣੇ ਕੁਝ ਸਾਥੀਆਂ ਦੇ ਨਾਲ ਅਮਰੀਕਾ ਵਿਜ਼ਿਟ ਵਾਸਤੇ ਅਮਰੀਕਨ ਅੰਬੈਸੀ ਪਹੁੰਚੇ ਸਨ, ਜਿੱਥੇ ਉਹ ਸ਼੍ਰੀ ਸਾਹਿਬ ਤੇ ਪਾਬੰਦੀ ਦਾ ਸ਼ਿਕਾਰ ਹੋਣ ਕਾਰਨ ਮੁੜ ਵਾਪਸ ਪਰਤ ਆਏ। ਅਤੇ ਸਿਮਰਜੀਤ ਸਿੰਘ ਬੈਂਸ ਜੋ ਲੋਕ ਇਨਸਾਫ਼ ਪਾਰਟੀ ਦੇ ਮੁਖੀ ਨੇ, ਉਹਨਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਮਣੇ ਪੇਸ਼ ਹੋ ਕੇ ਇੱਕ ਮੰਗ ਪੱਤਰ ਦਿੱਤਾ। ਉਹਨਾਂ ਨਾਲ ਇਹ ਵੀ ਕਿਹਾ ਕਿ ਜਥੇਦਾਰਾਂ ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਅਮਰੀਕਨ ਅੰਬੈਸੀ ਉੱਤੇ ਇਸ ਮਾਮਲੇ ਨੂੰ ਲੈ ਕੇ ਦਬਾਅ ਬਣਾਇਆ ਜਾਵੇ ਅਤੇ ਇਸ ਸਮੱਸਿਆ ਦਾ ਕੋਈ ਠੋਸ ਹੱਲ ਕੱਢਿਆ ਜਾਵੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਵਿਦੇਸ਼ਾਂ ਵਿੱਚ ਸਿੱਖਾਂ ਦੇ ਹੱਕਾਂ ਦੀਆਂ ਲੜਾਈਆਂ ਲੜ ਰਹੇ ਹਾਂ ਅਤੇ ਸਾਡੇ ਦੇਸ਼ ਅੰਦਰ ਹੀ ਏਦਾਂ ਦੀਆਂ ਪਾਬੰਦੀਆਂ ਧੱਕਾਸ਼ਾਹੀ ਅਤੇ ਨਸਲ ਭੇਦੀ ਵਿਤਕਰੇ ਦਾ ਸਬੂਤ ਨਹੀਂ। ਬਹੁਤ ਵੱਡੀ ਪੱਧਰ ਤੇ ਪਿਛਲੇ ਲੰਬੇ ਅਰਸੇ ਤੋਂ ਕਹਾਂਗਾ, ਪਤਾ ਨਹੀਂ ਕਦੋਂ ਤੋਂ ਇਹ ਪ੍ਰਥਾ ਚੱਲਦੀ ਹੋਏਗੀ, ਅਮਰੀਕਨ ਅੰਬੈਸੀ ਦੇ ਵਿੱਚ 30 ਤਰੀਕ ਨੂੰ ਵੀਜ਼ਾ ਲੈਣ ਵਾਸਤੇ NRI ਪੰਜਾਬੀ ਭਰਾਵਾਂ ਦੇ ਪਿਆਰ ਸਦਕਾ ਉੱਥੋਂ ਸਪੋਂਸਰਸ਼ਿਪ ਆਈ। 30 ਤਰੀਕ ਨੂੰ 7:45 'ਤੇ ਅਸੀਂ ਦਿੱਲੀ ਦੀ ਅਮਰੀਕਨ ਅੰਬੈਸੀ ਚਾਣਕਿਆਪੁਰੀ, ਮੇਰੇ ਨਾਲ ਮੇਰੇ ਸਾਥੀ ਸਰਦਾਰ ਜਸਵਿੰਦਰ ਸਿੰਘ ਖਾਲਸਾ, ਜਿਹੜੇ ਅੰਮ੍ਰਿਤਧਾਰੀ ਸਿੰਘ ਹੈਗੇ ਆ। ਅਫਸੋਸ ਹੋਇਆ ਕਿ ਸਕਿਉਰਿਟੀ ਚੈੱਕ ਕਰਨ ਵੇਲੇ ਸਕਿਉਰਿਟੀ ਅਫਸਰ ਨੇ ਕਿਹਾ ਤਾ ਵੀ ਤੁਸੀਂ ਜਿਹੜੀ ਕਿਰਪਾਨ ਧਾਰਨ ਕੀਤੀ ਆ, 5 ਕਕਾਰ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਬਖਸ਼ਿਸ਼ ਕਰਕੇ ਗਏ ਆ, ਉਹ ਕਹਿੰਦੇ ਬਾਹਰ ਉਤਾਰ ਕੇ ਆਓ। ਅਸੀਂ ਉੱਥੇ ਬਹਿਸ ਕੀਤੀ ਪਰ ਉਹ ਕਹਿੰਦੇ ਜੀ ਅਸੀਂ ਤਾਂ ਹੁਕਮ ਦੇ ਗੁਲਾਮ, ਸਾਨੂੰ ਤਾਂ ਅੰਦਰੋਂ ਕੌਂਸਲੇਟ ਦਾ ਹੁਕਮ ਹੈ। ਖਾਲਸਾ ਜੀ ਨੇ ਆਪਣਾ ਪਾਸਪੋਰਟ, ਆਪਣੇ ਡਾਕੂਮੈਂਟਸ ਵਾਪਸ ਲਏ ਵੀ ਮੈਂ ਸ੍ਰੀ ਸਾਹਿਬ ਨਹੀਂ ਉਤਾਰਨੀ। ਬਾਹਰ ਵਾਪਸ ਚਲੇ ਗਏ, ਮੈਂ ਅੰਦਰ ਗਿਆ, ਮੈਨੂੰ ਵੀਜ਼ਾ ਅਫੀਸਰ ਨੇ ਸਵਾਲ ਕੀਤਾ ਕਿ ਤੁਸੀਂ ਆਪਣੀ ਵਿਜ਼ਿਟ ਦਾ, ਯਾਤਰਾ ਦਾ ਪਰਪਜ਼ ਦੱਸੋ। ਮੈਂ ਸੌਰੀ, ਤੁਹਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ, ਮੇਰਾ ਮਨ ਦੁਖੀ ਹੈ, ਮੈਨੂੰ ਮੇਰੇ ਸਵਾਲ ਦਾ ਜਵਾਬ ਚਾਹੀਦਾ ਵੀ ਅਮਰੀਕਨ ਅੰਬੈਸੀ ਦੇ ਵਿੱਚ ਨਸਲੀ ਭੇਦ ਭਾਵ ਤੇ ਵਿਤਕਰਾ ਕਿਉਂ? ਦਿੱਲੀ ਦੇ ਵਿੱਚ ਪੂਰੇ ਸੰਸਾਰ 'ਚ ਵਸਦੇ ਦੇਸ਼ਾਂ ਦੀਆਂ ਅੰਬੈਸੀਆਂ ਦੇ ਅੰਦਰ ਕਿਸੇ ਦੇ ਵਿੱਚ ਵੀ ਐਸੀ ਪ੍ਰਥਾ ਹੈ ਨਹੀਂ ਗੀ, ਅਤੇ ਤੁਹਾਡੀ ਇਸ ਅੰਬੈਸੀ ਦੇ ਵਿੱਚ ਕਿਉਂ? ਅਤੇ ਉਹਨੇ ਮੂਹਰੋਂ ਕਿਹਾ ਕਿ ਉਹ ਨਾਈਫ ਚਾਕੂ, ਮੈਂ ਉਹਨੂੰ ਸਮਝਾਉਣ ਦਾ ਯਤਨ ਕੀਤਾ, ਟਰਾਂਸਲੇਟਰ ਜਿਹੜਾ ਇੱਕ ਇੰਡੀਅਨ ਸੀ, ਦੇਸੀ ਬੰਦਾ ਸੀ, ਉਹਨੂੰ ਕਿਹਾ ਵੀ ਤੈਨੂੰ ਤਾਂ ਪਤਾ ਸਾਰੀ ਗੱਲ ਦਾ, ਅਸੀਂ ਦਸਤਾਰ ਦੀ ਲੜਾਈ, ਅਸੀਂ ਕਕਾਰਾਂ ਦੀ ਲੜਾਈ, ਸਿੱਖ ਦੀ ਪਛਾਣ ਦੀ ਲੜਾਈ ਪੂਰੇ ਵਿਸ਼ਵ ਪੱਧਰ 'ਤੇ ਲੜ ਰਹੇ ਹਾਂ, ਅਤੇ ਸਾਡੇ ਦੇਸ਼ ਦੀ ਰਾਜਧਾਨੀ ਦੇ ਵਿੱਚ ਇੱਕ ਅੰਮ੍ਰਿਤਧਾਰੀ ਸਿੰਘ ਦੀ ਕਿਰਪਾਨ ਤੁਸੀਂ ਕਹੋ ਬਾਹਰ ਟੋਕਰੀ 'ਚ ਰੱਖ ਕੇ ਆ, ਅਸੀਂ ਇੱਕ ਨਹੀਂ ਲੱਖਾਂ ਅਮਰੀਕਾ ਦੇ ਵਿਜੇ ਛੱਡ ਸਕਦੇ ਹਾਂ। ਤੁਸੀਂ ਸਿਮਰਜੀਤ ਸਿੰਘ ਬੈਂਸ ਦੀ ਗੱਲ ਤਾਂ ਸੁਣ ਲਈ, ਤੇ ਆਓ ਹੁਣ ਤੁਹਾਨੂੰ ਸੁਣਾਉਂਦੇ ਹਾਂ ਕਿ ਆਖਿਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਕਰਨੈਲ ਸਿੰਘ ਪੀਰ ਮੁਹੰਮਦ ਨੇ ਸਾਰੇ ਮਸਲੇ ਉੱਤੇ ਕੀ ਕਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਦੁਨੀਆ ਅੰਦਰ ਵੱਸਦੀ ਸਿੱਖ ਕੌਮ ਨੂੰ, ਆਪਣੇ ਪੰਜਾਬੀ ਭਾਈਚਾਰੇ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਦੁਨੀਆ ਦੇ ਅੰਦਰ ਵਿਚਰਦਿਆਂ ਹੋਇਆਂ ਸਾਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੀ ਦਸਤਾਰ ਨੂੰ ਲੈ ਕੇ, ਸਾਡੇ ਕਕਾਰਾਂ ਨੂੰ ਲੈ ਕੇ ਅਕਸਰ ਹੀ ਸਰਕਾਰਾਂ ਦੇ ਨਾਲ ਸਾਡੇ ਟਕਰਾਅ ਹੁੰਦੇ ਰਹਿੰਦੇ ਨੇ। ਬੀਤੇ ਦਿਨੀ ਅਮੈਰੀਕਨ
ਸਫਾਰਤਖਾਨੇ ਅੰਦਰ ਜਦੋਂ ਸਰਦਾਰ ਸਿਮਰਜੀਤ ਸਿੰਘ ਬੈਂਸ ਜੋ ਕਿ ਹਲਕਾ ਵਿਧਾਇਕ ਨੇ ਲੁਧਿਆਣਾ ਤੋਂ ਔਰ ਆਤਮਨਗਰ ਏਰੀਆ ਉਹਨਾਂ ਦਾ ਔਰ ਉਹਨਾਂ ਦੇ ਪੀਏ ਸਰਦਾਰ ਜਸਵਿੰਦਰ ਸਿੰਘ ਖਾਲਸਾ ਅਮੈਰੀਕਾ ਐਂਬੈਸੀ ਦੇ ਅਧਿਕਾਰੀਆਂ ਨੂੰ ਮਿਲਣ ਗਏ ਤਾਂ ਜਸਵਿੰਦਰ ਸਿੰਘ ਖਾਲਸਾ ਦੀ ਜੋ ਸ੍ਰੀ ਸਾਹਿਬ ਹੈ 4 ਇੰਚ ਉਹਨਾਂ ਨੇ ਜੋ ਪਹਿਨੀ ਹੋਈ ਸੀ ਉਸ ਨੂੰ ਲੈ ਕੇ ਜੋ ਉੱਥੇ ਅਮੈਰੀਕਨ ਐਂਬੈਸੀ ਦੇ ਸਿਕਿਉਰਿਟੀ ਅਫਸਰ ਸਨ ਉਹਨਾਂ ਦੇ ਨਾਲ ਜੋ ਇਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਉਹਨਾਂ ਨੇ ਸਰਦਾਰ ਜਸਵਿੰਦਰ ਸਿੰਘ ਨੂੰ ਰੋਕਿਆ ਤਾਂ ਬੈਂਸ ਸਾਹਿਬ ਨੇ ਇਸ ਗੱਲ ਦਾ ਕਰੜਾ ਵਿਰੋਧ ਕੀਤਾ ਔਰ ਪੰਜਾਬ ਆ ਕੇ ਵੀ ਉਹ ਆਪਣਾ ਵਿਰੋਧ ਦਰਜ ਕਰਾਇਆ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਪੱਤਰ ਲਿਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਉਣ ਦਾ ਉਹਨਾਂ ਨੇ ਜੋ ਇੱਕ ਉਪਰਾਲਾ ਕੀਤਾ ਇਹ ਬੈਂਸ ਸਾਹਿਬ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਸੋ ਸਾਨੂੰ ਸਾਰੇ ਸਿੱਖਾਂ ਨੂੰ ਇੱਕਜੁੱਟਤਾ ਦੇ ਨਾਲ ਕਿਸੇ ਵੀ ਦੇਸ਼ ਦੇ ਅੰਦਰ ਕਿਸੇ ਵੀ ਏਅਰਪੋਰਟ ਦੇ ਉੱਪਰ ਜਾਂ ਕਿਸੇ ਸਰਕਾਰੀ ਅਰਧ ਸਰਕਾਰੀ ਜਾਂ ਪਬਲਿਕ ਪਲੇਸ ਦੇ ਉੱਪਰ ਜੇਕਰ ਸਾਡੇ ਨਾਲ ਕੋਈ ਇਸ ਤਰ੍ਹਾਂ ਦਾ ਵਿਤਕਰਾ ਹੁੰਦਾ ਤਾਂ ਸਾਨੂੰ ਇੱਕਜੁੱਟਤਾ ਦਿਖਾਉਣੀ ਚਾਹੀਦੀ ਹੈ ਔਰ ਅਮੈਰੀਕਨ ਸਰਕਾਰ ਨੂੰ ਵੀ ਜਗਾਉਣਾ ਚਾਹੀਦਾ ਫਰਾਂਸ ਸਰਕਾਰ ਅੰਦਰ ਆਪਾਂ ਦੇਖਿਆ ਕਿ ਦਸਤਾਰ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸਾਨੂੰ ਵਿਰੋਧ ਕਰਨਾ ਪੈ ਰਿਹਾ ਔਰ ਅਜੇ ਤੱਕ ਸਾਡੀ ਮੰਗ ਜਿਹੜੀ ਮੰਨੀ ਨਹੀਂ ਗਈ ਇਟਲੀ ਦੇ ਵਿੱਚ ਸਿੱਖ ਧਰਮ ਅਲੱਗ ਧਰਮ ਵਜੋਂ ਦਰਜ ਕਰਾਉਣ ਲਈ ਔਰ ਜਿੱਥੇ ਇੰਡੀਆ ਦੇ ਵਿੱਚ ਅਸੀਂ ਰਹਿ ਰਹੇ ਹਾਂ ਉੱਥੇ ਵੀ ਸਾਨੂੰ ਅਜੇ ਤੱਕ ਕੇਸਾਧਾਰੀ ਹਿੰਦੂ ਹੀ ਜੋ ਇੰਡੀਆ ਦਾ ਸੰਵਿਧਾਨ ਉਹ ਮੰਨ ਰਿਹਾ ਹੈ ਸੋ ਸੰਵਿਧਾਨ ਦੀ ਧਾਰਾ 25(b) ਦੀ ਕਲਾਜ਼ 2 ਦੇ ਉੱਪਰ ਜੋ ਸਿੱਖ ਹਿੰਦੂ ਨੇ ਆਪਾਂ ਲਗਾਤਾਰ ਪਟੀਸ਼ਨਾਂ ਵੀ ਪਾਈਆਂ ਲਗਾਤਾਰ ਜਦੋਜਹਿਦ ਵੀ ਕੀਤੀ ਸੋ ਆਓ ਇੱਕਜੁੱਟਤਾ ਦੇ ਨਾਲ ਆਪਾਂ ਆਪਣੇ ਜੋ ਹੱਕ ਹਕੂਕ ਨੇ ਉਹਨਾਂ ਪ੍ਰਤੀ ਜਾਗਰੂਕ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਾਰੇ ਮਸਲੇ ਦਾ ਪਤਾ ਜਦੋਂ ਸਿੱਖ ਬੁੱਧੀਜੀਵੀਆਂ ਨੂੰ ਲੱਗਿਆ ਤਾਂ ਉਹਨਾਂ ਦੇ ਵੀ ਪ੍ਰਤੀਕਰਮ ਸਾਹਮਣੇ ਆਏ ਤੁਸੀਂ ਸਿਮਰਜੀਤ ਸਿੰਘ ਬੈਂਸ ਦੀ ਗੱਲ ਤਾਂ ਸੁਣ ਲਈ ਅਤੇ ਆਓ ਹੁਣ ਤੁਹਾਨੂੰ ਸੁਣਾਉਂਦੇ ਹਾਂ ਕਿ ਆਖਿਰ ਤਨਵੀਰ ਸਿੰਘ ਧਾਲੀਵਾਲ ਨੇ ਕੀ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਨਵੀਰ ਸਿੰਘ ਧਾਲੀਵਾਲ ਅੱਜ ਤੁਹਾਡੇ ਨਾਲ ਫਿਰ ਇੱਕ ਬੜੀ ਅਹਿਮ ਗੱਲ ਹੈ ਜਿਹੜੀ ਉਹ ਸਾਂਝੀ ਕਰਨ ਆਇਆ ਵਿਸ਼ਾ ਮੇਰਾ ਉਹੀ ਹੈ ਕਿ ਸਿਮਰਜੀਤ ਸਿੰਘ ਬੈਂਸ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਦਾ ਇਸ ਵਾਰ ਉਹਨੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਖੋ ਉਹਦਾ ਵੀਜ਼ਾ ਕੈਨੇਡਾ ਤੋਂ ਵੀ ਰਿਫਿਊਜ਼ ਹੋ ਚੁੱਕਿਆ ਉਹਦਾ ਅਮੈਰੀਕਾ ਤੋਂ ਮੈਨੂੰ ਲੱਗਦਾ ਸ਼ਾਇਦ ਪਹਿਲਾਂ ਵੀ ਰਿਫਿਊਜ਼ ਹੋਇਆ ਅਤੇ ਅਮੈਰੀਕਾ ਨੇ ਇਸ ਵਾਰ ਵੀ ਰਿਫਿਊਜ਼ ਕੀਤਾ ਉਹਨੇ ਆਪਣਾ ਪੱਜ ਲੁਕਾਉਣ ਦੇ ਲਈ ਅਤੇ ਉਹਨੇ ਸਾਰੀ ਗੱਲ ਹੈ ਜਿਹੜੀ ਉਹ ਬਾਹਰ ਆ ਕੇ ਇਹਨੇ ਕੀਤੀ ਹੈ ਦੇਖੋ ਪਹਿਲੀ ਗੱਲ ਤਾਂ ਜੇ ਖਾਲਸਾ ਜੀ ਨੂੰ ਬਾਹਰ ਰੋਕ ਲਿਆ ਸੀ ਉਹਨਾਂ ਦੇ ਸਾਥੀ ਨੂੰ ਤਾਂ ਉਹ ਸਿਮਰਜੀਤ ਬੈਂਸ ਨੂੰ ਅੰਦਰ ਪੀਅਰ ਹੀ ਨਹੀਂ ਸੀ ਹੋਣਾ ਚਾਹੀਦਾ ਜਾਣਾ ਹੀ ਨਹੀਂ ਸੀ ਚਾਹੀਦਾ ਆਪ ਅੰਦਰ ਜਾ ਕੇ ਲਾਈਨ 'ਚ ਲੱਗ ਗਿਆ ਲਾਈਨ 'ਚ ਲੱਗ ਕੇ ਪਾਸਪੋਰਟ ਦਿੱਤਾ ਜਾਂਦਾ ਕਿਉਂਕਿ ਇਹਨੇ ਆਪਣੀ ਵੀਡੀਓ 'ਚ ਕਿਹਾ ਕਿ ਮੈਂ ਉਹਨਾਂ ਤੋਂ ਪਾਸਪੋਰਟ ਫੜ ਕੇ ਵਾਪਸ ਆ ਗਿਆ ਪਾਸਪੋਰਟ ਜੇ ਸਬਮਿਟ ਕਰਾਇਆ ਉਹਨਾਂ ਨੂੰ ਦਿੱਤਾ ਉਹਨਾਂ ਨੇ ਜਵਾਬ ਦਿੱਤਾ ਕਿਉਂਕਿ ਅਮੈਰੀਕਨ ਅੰਬੈਸੀ ਅਸੀਂ ਵੀ ਜਾਂਦੇ ਹਾਂ ਅਸੀਂ ਵੀ ਵੀਜ਼ੇ ਲਏ ਆ ਅਸੀਂ ਜਦੋਂ ਉੱਥੇ ਜਾਂਦੇ ਹਾਂ ਤਾਂ ਉੱਥੇ ਜੇ ਤਾਂ ਉਹਨਾਂ ਨੇ ਤੁਹਾਨੂੰ ਵੀਜ਼ਾ ਦੇਣਾ ਤਾਂ ਤੁਹਾਡਾ ਪਾਸਪੋਰਟ ਰੱਖ ਲੈਂਦੇ ਆ ਜੇ ਤੁਹਾਨੂੰ ਵੀਜ਼ਾ ਨਹੀਂ ਦੇਣਾ ਤਾਂ ਤੁਹਾਡਾ ਪਾਸਪੋਰਟ ਆ ਜਿਹੜਾ ਉਹ ਤੁਹਾਨੂੰ ਵਾਪਸ ਕਰ ਦਿੰਦੇ ਆ ਸੌਰੀ ਜੈਂਟਲਮੈਨ ਕਹਿ ਕੇ ਦੇਖੋ ਇਹਨੇ ਜਿਹੜੀ ਗੱਲ ਕਹੀ ਹੈ ਸ੍ਰੀ ਸਾਹਿਬ ਦੀ ਕਿ ਸ੍ਰੀ ਸਾਹਿਬ ਨੂੰ ਉਹਨਾਂ ਨੇ ਨਾਲ ਨਹੀਂ ਲਿਜਾਣ ਦਿੱਤਾ ਦੇਖੋ 6 ਸੈਂਟੀਮੀਟਰ ਜਿਹੜੀ ਸ੍ਰੀ ਸਾਹਿਬ ਹੈ ਉਹ ਅਲਾਊਡ ਹੈ ਟਰੈਵਲਿੰਗ ਦੇ ਵਿੱਚ ਵੀ ਹਰ ਜਗ੍ਹਾ ਦੇ ਵਿੱਚ ਉੱਥੇ ਬੈਂਸ ਸਾਹਿਬ ਤੁਸੀਂ ਜਿੰਨੇ ਵੀ ਅੱਜ ਤੱਕ ਦੇ ਰਾਗੀ ਸਿੰਘ ਨੇ ਚਾਹੇ ਹਜ਼ੂਰੀ ਰਾਗੀ ਨੇ ਚਾਹੇ ਢਾਡੀ ਸਿੰਘ ਨੇ
ਚਾਹੇ ਕਥਾਵਾਚਕ ਨੇ, ਚਾਹੇ ਕੋਈ ਮਹਾਂਪੁਰਖ ਨੇ, ਚਾਹੇ ਉਹ ਗੁਰੂ ਦੇ ਅੰਮ੍ਰਿਤਧਾਰੀ ਗੁਰਸਿੱਖ, ਜਿੰਨੇ ਵੀ ਅੰਮ੍ਰਿਤਧਾਰੀ ਗੁਰਸਿੱਖ ਉਹਨਾਂ ਨੇ ਬਾਹਰਲੇ ਮੁਲਕਾਂ 'ਚ ਟਰੈਵਲ ਕੀਤਾ, ਤੁਸੀਂ ਉਹਨਾਂ ਸਾਰਿਆਂ ਨੂੰ ਸ਼ੱਕ ਦੇ ਦਾਇਰੇ 'ਚ ਲਿਆਇਆ। ਦੇਖੋ, ਪਹਿਲੀ ਗੱਲ, ਬਹੁਤ ਸੰਗਤ ਜਾਂਦੀ ਹੈ ਜਿਹੜੀ ਕਿ ਕੜਾ ਵੀ ਪਾ ਕੇ ਜਾਂਦੀ ਹੈ, ਅਤੇ ਉੱਥੇ ਉਹਦੇ ਨਾਲ ਉਹਨਾਂ ਦਾ ਡੋਰੀ ਵਾਲੀ ਕਿਰਪਾਨ ਜਿਹੜੀ ਹੈ ਉਹ ਸਾਰੇ ਸਿੰਘ ਪਾ ਕੇ ਜਾਂਦੇ ਨੇ। ਉਹਨਾਂ ਵੀਰਾਂ ਨੇ ਕਿੱਡੀਆਂ ਕਿੱਡੀਆਂ ਘਾਲਣਾ ਕੀਤੀਆਂ ਨੇ ਪੰਜਾਬ ਨੂੰ, ਪੰਜਾਬੀਅਤ ਨੂੰ, ਅਤੇ ਪੰਜਾਬੀ ਨੂੰ, ਅਤੇ ਗੁਰਸਿੱਖੀ ਨੂੰ ਉਹਨਾਂ ਨੇ ਖੜ੍ਹਾ ਕਰਨ ਲਈ, ਬਾਹਰ ਆਪਣਾ ਵਜੂਦ ਖੜ੍ਹਾ ਕਰਨ ਲਈ ਉਹਨਾਂ ਦੇ ਕਿੱਡੇ ਕਿੱਡੇ ਵੱਡੇ ਉਹਨਾਂ ਦੇ ਜਿਹੜੇ ਨੇ ਫੈਸਲੇ ਨੇ, ਉਹਨਾਂ ਦੇ ਕੰਮ ਨੇ, ਈਵਨ ਕਿ ਇੱਥੋਂ ਤੱਕ ਕਿ ਗੁਰੂ ਘਰ ਦੇਖੋ ਕਿੱਡੇ ਕਿੱਡੇ ਵੱਡੇ ਸਥਾਪਿਤ ਕੀਤੇ ਆ। ਪੰਜਾਬੀ ਲਾਗੂ ਕਰਵਾਉਣੀ ਸਕੂਲਾਂ ਦੇ ਵਿੱਚ, ਕੈਨੇਡਾ ਵਿੱਚ ਤੀਜੀ ਪੰਜਾਬੀ ਦਾ ਦਰਜਾ, ਪੰਜਾਬੀ ਨੂੰ ਤੀਜਾ ਦਰਜਾ ਹਾਸਲ ਹੈ। ਤੁਸੀਂ ਇਹਨਾਂ ਗੱਲਾਂ ਤੋਂ ਦੇਖੋ, ਤੁਸੀਂ ਸਿਆਸੀ ਰੇਟੀਆਂ ਨਾ ਸਿੱਖੋ, ਤੁਸੀਂ ਆਪਣੇ ਫੇਸਬੁੱਕ 'ਤੇ ਲਾਈਕ ਕਮੈਂਟ ਸ਼ੇਅਰ ਲੈਣ ਦੇ ਮਾਰਿਆਂ ਨੇ ਨਾ ਤੁਸੀਂ ਇਹ ਗੱਲ ਕੀਤਾ। ਮੈਂ ਅੱਜ ਸਾਰਾ ਇੰਟਰਨੈਟ 'ਤੇ ਵੀ ਦੇਖਿਆ, ਮੈਂ ਸਾਰੇ ਬਹੁਤ ਕਈ ਸਿਆਣੇ ਬੰਦਿਆਂ ਨਾਲ ਮੈਂ ਗੱਲ ਵੀ ਕੀਤੀ ਹੈ, ਤੁਹਾਡਾ ਤਰਕ ਬਿਲਕੁਲ ਗਲਤ ਹੈ, ਤੁਹਾਡਾ ਤਰੀਕਾ ਬਿਲਕੁਲ ਗਲਤ ਆ। ਫਿਰ ਤੁਸੀਂ ਦੇਖੋ, ਪਹਿਲਾਂ ਤਾਂ ਤੁਸੀਂ ਦਾਦੂ ਵਾਲ ਨਾਲ ਅਤੇ ਮੰਡ ਸਾਹਿਬ ਨਾਲ ਤੁਸੀਂ ਕਰਦੇ ਹੋ ਸਟੇਜਾਂ ਸਾਂਝੀਆਂ, ਤੁਸੀਂ ਉੱਥੇ ਉਹਨਾਂ ਦੇ ਨਾਲ ਸਾਰਾ ਰਲ ਕੇ ਸਾਰੀਆਂ ਖੇਡਾਂ ਰਚਦੇ ਹੋ। ਉਦੋਂ ਬਾਅਦ ਤੁਸੀਂ ਅਕਾਲ ਤਖਤ ਸਾਹਿਬ 'ਤੇ ਉੱਥੇ ਮੈਮੋਰੈਂਡਮ ਦੇਣ ਉੱਥੇ ਜਾਂਦੇ ਹੋ, ਉੱਥੇ ਜਾ ਕੇ ਤੁਸੀਂ ਕਹਿੰਦੇ ਹੋ, ਨਾਲੇ ਤਾਂ ਸ਼੍ਰੋਮਣੀ ਕਮੇਟੀ ਨੂੰ ਤੁਸੀਂ ਗਾਲਾਂ ਕੱਢਦੇ ਹੋ, ਨਾਲੇ ਤੁਹਾਡਾ ਭਰਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ, ਉਲਟਾ ਤੁਸੀਂ ਅਕਾਲ ਤਖਤ ਦੇ ਜਥੇਦਾਰ ਸਾਹਿਬਾਨਾਂ ਬਾਰੇ ਕਿੰਨਾ ਕੁਛ ਅੱਜ ਤੱਕ ਬੋਲ ਚੁੱਕੇ ਹੋ, ਤੁਸੀਂ ਸ਼੍ਰੋਮਣੀ ਕਮੇਟੀ ਬਾਰੇ ਕਿੰਨਾ ਕੁਛ ਬੋਲ ਚੁੱਕੇ ਹੋ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਬਾਰੇ ਕਿੰਨਾ ਕੁਛ ਬੋਲ ਚੁੱਕੇ ਹੋ, ਉਹਨਾਂ ਦੇ ਪ੍ਰਬੰਧ ਬਾਰੇ ਕਿੰਨਾ ਕੁਛ ਬੋਲ ਚੁੱਕੇ ਹੋ, ਉੱਥੇ ਜਾ ਕੇ ਤੁਸੀਂ ਮੈਮੋਰੈਂਡਮ ਦੇ ਰਹੇ ਹੋ, ਸੈਕਟਰੀ ਨੂੰ ਮਿਲੇ ਹੋ, ਉੱਥੇ ਜਾ ਕੇ ਤੁਸੀਂ ਮੀਡੀਆ ਦੇ ਸਾਹਮਣੇ ਰੂਬਰੂ ਹੁੰਦੇ ਹੋ, ਤਾਂ ਤੁਸੀਂ ਕਹਿੰਦੇ ਹੋ ਕਿ ਮੈਂ ਜਿਹੜਾ ਇਹ ਹੈਗਾ ਸਰਵਉੱਚ ਹੈ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, SGPC ਹੈ, ਇਹ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਨਹੀਂ, ਇਹ ਪਾਰਲੀਮੈਂਟ ਹੈ। ਸੋ ਇਹੋ ਜਿਹੀਆਂ ਜਿਹੜੀਆਂ ਦੋਗਲੀਆਂ ਗੱਲਾਂ ਉਹ ਤੁਹਾਨੂੰ ਕਰਨੀਆਂ ਨਹੀਂ ਚਾਹੀਦੀਆਂ। ਦੇਖੋ, 6 ਸੈਂਟੀਮੀਟਰ ਦੀ ਕਿਰਪਾਨ ਸਾਰੇ ਗੁਰਸਿੱਖ ਪਾ ਕੇ ਜਾਂਦੇ ਨੇ, ਸਾਰੇ ਰਾਗੀ ਸਾਹਿਬਾਨ, ਹਜ਼ੂਰੀ ਰਾਗੀ ਸਾਹਿਬਾਨ, ਸਾਰੇ ਕੀਰਤਨੀਏ, ਸਾਰੇ ਜਿਹੜੇ ਨੇ ਟਰੈਵਲ ਕਰਦੇ ਨੇ, ਕੈਨੇਡਾ ਵਿੱਚ ਤਾਂ ਬਿਲਕੁਲ ਹੀ ਅਲਾਊਡ ਹੈ, ਉਹ ਸਾਰੇ ਡੋਰੀ ਵਾਲੀ ਜਿਹੜੀ ਸ੍ਰੀ ਸਾਹਿਬ ਹੈ ਉਹ ਪਾ ਕੇ ਜਾਂਦੇ ਨੇ। ਤੁਸੀਂ ਚਾਕੂ ਵਰਡ ਯੂਜ਼ ਕਰਦੇ ਹੋ, ਛੁਰੀ ਸ਼ਬਦ ਯੂਜ਼ ਕਰਦੇ ਹੋ, ਤੁਸੀਂ ਨਾਈਫ ਵਰਡ ਯੂਜ਼ ਕਰਦੇ ਹੋ, ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ, ਤੁਸੀਂ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ? ਉਹ ਸ਼ਸਤਰ ਹੈ ਗੁਰੂ ਸਾਹਿਬ ਦਾ ਯਾਰ, ਉਹ ਸ਼ਸਤਰ ਹੈ, ਉਹ ਸ੍ਰੀ ਸਾਹਿਬ ਹੈ, ਉਹ ਸ਼ਸਤਰ ਹੈ, ਤੁਸੀਂ ਉਹਨੂੰ ਨਾਈਫ ਕਹਿ ਰਹੇ ਹੋ, ਤੈਨੂੰ ਸ਼ਰਮ ਨਹੀਂ ਆਉਂਦੀ ਯਾਰ, ਤੂੰ ਇਹੋ ਜਿਹੇ ਵਰਡ ਯੂਜ਼ ਕਰਦਾ, ਕਿਹੋ ਜਿਹੀਆਂ ਤੂੰ ਸਕੀਮਾਂ ਘੜਦਾ, ਕਿਹੋ ਜਿਹੀਆਂ ਗੱਲਾਂ ਵੀ ਤੇਰੀ, ਕਿਵੇਂ ਤੇਰੀ ਪਬਲਿਸਿਟੀ ਹੋਵੇ, ਇਹ ਚੀਜ਼ਾਂ ਬਿਲਕੁਲ ਤੈਨੂੰ ਛੱਡਣੀਆਂ ਪੈਣੀਆਂ। ਦੂਜੀ ਗੱਲ, ਤੇਰਾ ਭਰਾ ਸਰਦਾਰ ਬਲਵਿੰਦਰ ਸਿੰਘ ਬੈਂਸ ਆ, ਉਹ ਸ਼੍ਰੋਮਣੀ ਕਮੇਟੀ ਮੈਂਬਰ ਨੇ, ਉਹ ਅੰਮ੍ਰਿਤਧਾਰੀ ਸਿੱਖ ਨੇ, ਤੂੰ ਤਾਂ ਛੱਕਿਆ ਨਹੀਂ ਹਲੇ, ਠੀਕ ਹੈ ਨਾ? ਸ੍ਰੀ ਸਾਹਿਬ ਦਾ ਅਤੇ ਗੁਰੂ ਸਾਹਿਬ ਦਾ ਮੋਹ ਤਾਂ ਤੈਨੂੰ ਆ ਗਿਆ, ਪਰ ਜੇ ਏਡਾ ਹੀ ਤੂੰ ਗੁਰੂ ਦਾ ਸਿੱਖ ਹੈ, ਤੂੰ ਗੁਰੂ ਵਾਲਾ ਬਣਨਾ ਪਹਿਲਾਂ, ਖੰਡੇ ਬਾਟੇ ਦੀ ਪੌਲ ਲੈ। ਉਸ ਤੋਂ ਬਾਅਦ ਬਲਵਿੰਦਰ ਸਿੰਘ ਨੇ ਅੱਜ ਤੱਕ ਆਵਾਜ਼ ਨਹੀਂ ਚੱਕੀ, ਉਹਨਾਂ ਨੇ ਕਦੇ ਇੰਟਰਨੈਸ਼ਨਲ ਟਰੈਵਲ ਨਹੀਂ ਕੀਤਾ, ਉਹਨਾਂ ਨੇ ਸਫ਼ਰ ਨਹੀਂ ਕੀਤਾ ਕਦੇ। ਦੇਖੋ, ਤੈਨੂੰ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਤੂੰ ਨੁਕਸਾਨ ਕਰ ਰਿਹਾ, ਤੈਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਪੂਰੀ ਸਿੱਖ ਕੌਮ ਤੋਂ, ਖਾਸ ਕਰਕੇ ਸਾਡੇ NRI ਵੀਰਾਂ ਤੋਂ, ਅੰਮ੍ਰਿਤਧਾਰੀ NRI ਵੀਰਾਂ ਤੋਂ। ਦੇਖ, ਤੇਰੀਆਂ
ਟੀਮਾਂ ਬਿਠਾਈਆਂ ਹੋਈਆਂ ਨੇ 450 ਬੰਦਾ ਤੂੰ ਕਾਊਂਟ ਦਾ ਬਣਾ ਕੇ, ਉਹਨਾਂ ਨੂੰ ਫੇਕ ਕਾਊਂਟ ਬਣਾ ਕੇ ਤੇ ਉਹ ਜਿਉਂ ਲੱਗਦੇ ਨੇ ਥੱਲੇ ਬੋਲਣ। ਮੈਂ ਦੇਖੋ ਮੈਂ ਡਰਦਾ ਨਹੀਂ, ਮੇਰਾ ਕੋਈ ਖੌਫ ਨਹੀਂ ਹੈ ਤੇਰੇ ਤੋਂ ਨਾ ਤੇਰੀਆਂ ਟੀਮਾਂ ਤੋਂ। ਜਿਹਨੇ ਬੋਲਣਾ ਬੋਲੇ, ਮੇਰੀ ਗੱਲ ਜਿਹਨੂੰ ਚੰਗੀ ਲੱਗਣੀ ਆ ਉਹਨੇ ਉਸ ਨੂੰ ਸਲਾਉਣਾ ਹੀ ਆ। ਥੋੜੇ ਦਿਨ ਪਹਿਲਾਂ ਮੈਂ ਤੇਰੇ ਵੀਡੀਓ ਪਾਈ ਸੀਗੀ ਤੇ ਮੈਂ ਉੱਥੇ ਗੱਲ ਕਹੀ ਸੀ ਵੀ ਤੂੰ ਕੋਈ ਮੁੱਦਾ ਚੱਕੇਗਾ ਉਹਦਾ ਦੂਜਾ ਪਹਿਲੂ ਮੈਂ ਜ਼ਰੂਰ ਦਿਖਾਊਂਗਾ। ਠੀਕ ਹੈ, ਮੈਂ ਕੋਈ ਏਡਾ ਵੱਡਾ ਬੰਦਾ ਨਹੀਂ ਹੈ, ਮੈਂ ਇੱਕ ਛੋਟੇ ਜਿਹੇ ਲੈਵਲ ਦਾ ਇਨਸਾਨ ਹਾਂ, ਪਰ ਮੈਂ ਸੱਚ ਨੂੰ ਸੱਚ, ਝੂਠ ਨੂੰ ਝੂਠ ਕਹੂੰਗਾ, ਗਧੇ ਨੂੰ ਗਧਾ, ਘੋੜੇ ਨੂੰ ਘੋੜਾ। ਇਹ ਨਹੀਂ ਚੱਲਣਾ ਕਿ ਤੁਸੀਂ ਆਪਣੀਆਂ ਸਿਆਸੀ ਰੋਟੀਆਂ ਬਾਹਰ, ਤੇਰਾ ਵੀਜ਼ਾ ਰਿਫਿਊਜ਼ ਕੀਤਾ ਤੇ ਤੂੰ ਬਾਹਰ ਆ ਕੇ ਵੀਡੀਓ ਬਣਾਉਣ ਲੱਗ ਗਿਆ ਕਲੇਸ਼। ਤੂੰ ਇਹੋ ਜਿਹਾ ਕਲੇਸ਼ੀ ਆ ਭਰਾਵਾ, ਤੈਨੂੰ ਕਿਸੇ ਮੁਲਕ ਨੇ ਵੀਜ਼ਾ ਨਹੀਂ ਦੇਣਾ। ਆਸਟ੍ਰੇਲੀਆ ਤੂੰ ਜਾਇਆ, ਇੱਕ ਹਫ਼ਤੇ ਲਈ ਗਿਆ ਸੀ ਉੱਥੇ, ਠੀਕ ਹੈ ਨਾ, ਉੱਥੇ ਵੀ ਕੋਈ ਬਹੁਤੀ ਤੇਰੀ ਦੁਕਾਨ ਚੱਲੀ ਨਹੀਂ ਹੈਗੀ, ਪਰ ਮੈਂ ਤੈਨੂੰ ਦੱਸਦਾ ਕਿ ਤੁਸੀਂ ਗੁੰਮਰਾਹ ਨਾ ਕਰੋ। ਠੀਕ ਹੈ, ਸਾਡੇ NRI ਆ, ਵੀਰਾਂ ਨੂੰ ਵੀ ਮੇਰੀ ਬੇਨਤੀ ਹੈ, ਮੇਰੀ ਉਹਨਾਂ ਨੂੰ ਸੁਨਿਮਰ ਬੇਨਤੀ ਹੈ ਕਿ ਦੇਖੋ ਸਾਡੇ ਜਿੰਨੇ ਵੀ ਗੁਰਸਿੱਖ ਸੱਜਣ ਨੇ, ਜਿੰਨੇ ਵੀ ਸਾਡੇ ਵੱਡੇ ਕੱਦ ਦੇ ਬੁੱਧੀਜੀਵੀ ਨੇ ਜਿਹੜੇ ਉਹ ਜਾਂਦੇ ਨੇ, ਦੇਖੋ ਬਹੁਤ ਲੋਕਾਂ ਨੂੰ ਮੈਂ ਪੁੱਛਿਆ, ਉਹ ਕਹਿੰਦੇ ਜੀ ਅਸੀਂ ਛੋਟੀ ਕਿਰਪਾਨ, ਡੋਰੀ ਵਾਲੀ ਕਿਰਪਾਨ ਅਸੀਂ ਪਾ ਕੇ ਜਾਂਦੇ ਹਾਂ, ਜਦੋਂ ਅਸੀਂ ਟਰੈਵਲ ਕਰਦੇ ਹਾਂ, ਜਦੋਂ ਅਸੀਂ ਵੀਜ਼ਾ ਲੈਣ ਜਾਂਦੇ ਹਾਂ ਉਦੋਂ ਵੀ ਅਸੀਂ ਡੋਰੀ ਵਾਲੀ ਕਿਰਪਾਨ ਲੈ ਕੇ ਜਾਂਦੇ ਹਾਂ, ਜਦੋਂ ਅਸੀਂ ਟਰੈਵਲ ਕਰਦੇ ਹਾਂ ਉਹ ਵੀ ਕਰਦੇ ਹਾਂ, ਜਦੋਂ ਅਸੀਂ ਏਅਰਪੋਰਟ ਤੋਂ ਬਾਹਰ ਨਿਕਲਦੇ ਹਾਂ ਅਰਦਾਸ ਕਰਕੇ ਅਸੀਂ ਵੱਡੀ ਕਿਰਪਾਨ ਪਾ ਲੈਂਦੇ ਹਾਂ। ਤੇ ਤੁਸੀਂ ਯਾਰ ਏਡੀ ਵੱਡੀ ਤੋਹਮਤ ਲਾ ਰਹੇ ਹਾਂ ਤੂੰ ਪੂਰੇ ਸਿੱਖ ਜਗਤ ਤੇ, ਤੈਨੂੰ ਸ਼ਰਮ ਆਉਣੀ ਚਾਹੀਦੀ ਆ। ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਹਰ ਅੰਬੈਸੀ ਦੇ ਆਪਣੇ ਕੁਝ ਰੂਲ ਹੁੰਦੇ ਨੇ, ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਨੇ। ਜੇਕਰ ਸਾਨੂੰ ਪਤਾ ਹੈ ਕਿ ਅਸੀਂ ਆਪਣੇ 5 ਕਕਾਰ ਧਾਰਨ ਕਰਕੇ ਅੰਬੈਸੀ ਜਾ ਸਕਦੇ ਹਾਂ ਵੀਜ਼ਾ ਲੈਣ ਵਾਸਤੇ, ਤਾਂ ਸਾਨੂੰ ਆਪਣੇ 5 ਕਕਾਰ ਉਸੇ ਰੂਲਸ ਐਂਡ ਰੈਗੂਲੇਸ਼ਨਸ ਦੇ ਆਧਾਰ ਦੇ ਉੱਤੇ ਪਹਿਨ ਕੇ ਅੰਬੈਸੀ ਜਾਣਾ ਚਾਹੀਦਾ ਹੈ ਜੋ ਉਸ ਅੰਬੈਸੀ ਵੱਲੋਂ ਤੈਅ ਕੀਤਾ ਗਿਆ ਹੈ, ਕਿਉਂਕਿ ਪੰਜਾਬ ਤੋਂ ਪੂਰੀ ਦੁਨੀਆ ਦੇ ਵਿੱਚੋਂ ਹਜ਼ਾਰਾਂ ਹੀ ਗੁਰਸਿੱਖ ਸਿੰਘ ਵਿਦੇਸ਼ਾਂ ਦਾ ਸਫ਼ਰ ਕਰਦੇ ਨੇ ਜਿਨ੍ਹਾਂ ਨੇ ਆਪਣੇ ਸਾਰੇ ਕਕਾਰ ਪਾਏ ਹੁੰਦੇ ਨੇ। ਪਰ ਹਾਂ, ਜੇਕਰ ਕੋਈ ਵੀ ਅੰਬੈਸੀ ਅਜਿਹੀ ਜਾਣ ਬੁੱਝ ਕੇ ਧੱਕਾਸ਼ਾਹੀ ਕਰਦੀ ਹੈ ਤੇ ਜ਼ਬਰਦਸਤੀ ਕਿਸੇ ਵੀ ਸਿੰਘ ਨੂੰ ਕਕਾਰ ਉਤਾਰਨ ਵਾਸਤੇ ਮਜਬੂਰ ਕਰਦੀ ਹੈ, ਤਾਂ ਅਜਿਹੀ ਅੰਬੈਸੀ ਨੂੰ ਇੱਕੋ ਹੀ ਜਵਾਬ ਜਾਣਾ ਚਾਹੀਦਾ ਹੈ ਪੂਰੀ ਕੌਮ ਵੱਲੋਂ ਕਿ ਜਿਸ ਕਲਗੀਧਰ ਨੇ ਆਪਣੀ ਕੌਮ ਵਾਸਤੇ ਆਪਣਾ ਸਰਬੰਸ ਵਾਰ ਦਿੱਤਾ, ਉਸ ਕਲਗੀਧਰ ਦੇ ਕਕਾਰ ਵਾਰਨ ਤੋਂ ਪਹਿਲਾਂ ਅਸੀਂ ਉਸ ਕਲਗੀਧਰ ਦੇ ਦਿੱਤੇ ਕਕਾਰ ਅਸੀਂ ਕਦੇ ਨਹੀਂ ਉਤਾਰ ਸਕਦੇ, ਤੇ ਉਹ ਕਕਾਰ ਉਤਾਰਨ ਦੀ ਜਗ੍ਹਾ ਅਸੀਂ ਅਜਿਹੇ ਲੱਖਾਂ ਹਜ਼ਾਰਾਂ ਵੀਜ਼ੇ ਕੁਰਬਾਨ ਕਰ ਸਕਦੇ ਹਾਂ ਆਪਣੇ ਕਕਾਰਾਂ ਉੱਤੇ, ਆਪਣੀ ਕੌਮ ਉੱਤੇ, ਕਿਉਂਕਿ ਅਜਿਹੀਆਂ ਘਟਨਾਵਾਂ ਅਲੱਗ ਅਲੱਗ ਦੇਸ਼ਾਂ ਦੇ ਵਿੱਚੋਂ ਸਮੇਂ ਸਮੇਂ 'ਤੇ ਸਾਹਮਣੇ ਆਉਂਦੀਆਂ ਰਹੀਆਂ ਨੇ, ਜਿੱਥੇ ਕਈ ਵਾਰ ਕਈ ਸਿੱਖਾਂ ਨੂੰ ਆਪਣੀ ਦਸਤਾਰ ਉਤਾਰ ਕੇ ਚੈਕਿੰਗ ਵਾਸਤੇ ਵੀ ਕਿਹਾ ਗਿਆ ਸੀ। ਪਰ ਹੁਣ ਤਾਂ ਇੰਨੀ ਜ਼ਿਆਦਾ ਅਵੇਅਰਨੈਸ ਹਰ ਪਾਸੇ ਸਿੱਖ ਕੌਮ ਨੂੰ ਲੈ ਕੇ ਹੋ ਗਈ ਹੈ ਕਿ ਕੋਈ ਵੀ ਅੰਬੈਸੀ ਸਿੱਖਾਂ ਦੇ ਨਾਲ ਅਜਿਹਾ ਵਿਤਕਰਾ ਨਹੀਂ ਕਰਦੀ। ਪਰ ਜੇਕਰ ਅਜਿਹਾ ਵਿਤਕਰਾ ਕਿਤੋਂ ਵੀ ਸਾਹਮਣੇ ਆਉਂਦਾ ਹੈ ਜਾਂ ਜਾਣ ਬੁੱਝ ਕੇ ਅਜਿਹਾ ਵਿਤਕਰਾ ਕੀਤਾ ਜਾਂਦਾ ਹੈ, ਤਾਂ ਪੂਰੀ ਦੁਨੀਆ 'ਚ ਵਾਸਤੇ ਸਿੱਖਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੇ ਆਪਣੇ ਤਰੀਕੇ ਦੇ ਨਾਲ ਅਜਿਹੇ ਮਾਮਲਿਆਂ ਤੋਂ ਜਾਣੂ ਕਰਵਾਉਣ, ਤਾਂ ਜੋ ਅਜਿਹੀਆਂ ਘਟਨਾਵਾਂ ਅੱਗੇ ਤੋਂ ਕਦੇ ਵੀ ਕਿਤੇ ਵੀ ਨਾ ਵਾਪਰਨ। ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।